हाँ जी दोस्तों, स्वागत है तुहाडा सवेर दीआं मुख खबरां दे विच। आओ लड़ीवार गल करदे आं पंजाब अते दुनिया दीआं मुख वड्डीआं खबरां दी। वीडियो शुरू करन तों पहलां लाइक अते शेयर जरूर कर दिओ ते साडे नाल जुड़े रहन लई तुसीं चैनल नूं सबसक्राइब कर लो। ते अज दी पहली वड्डी खबर है, पंजाब पुलिस ने गैंगस्टर लॉरेंस बसनोई नूं लै के आई मानसा। अदालत दे विच कीता जावेगा पेस, कोर्ट दे वल्लों 7 दिनां दा रिमांड मंजूर। तो दोस्तों तुहानू दसीए कि पंजाब पुलिस ने सिद्धू मूसेवाला कतल के मुख्य सक्की गैंगस्टर लॉरेंस बसनोई नूं पंजाब दे मानसा जिले विच लैके आई है। उसनू अज मानसा दी अदालत दे विच पेश कीता जाएगा। पंजाब पुलिस ने सिद्धू मूसेवाला कतल केस दे विच गैंगस्टर लॉरेंस बसनोई तो पुछगिछ करन दे लई अदालत तो ट्रांजिट रिमांड की मंग की सी, जिसनू अदालत ने मंजूर कर लिया। अदालत ने पंजाब पुलिस नूं यह भी हुक्म दिता कि बसनोई दे दिल्ली छड्डण तो पहला ਅਤੇ ਉਸ ਨੂੰ ਪੰਜਾਬ ਦੇ ਮਾਨਸਾ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਸੰਬੰਧਿਤ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਨਿਯਮਾਂ ਦੇ ਅਨੁਸਾਰ ਡਾਕਟਰੀ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਦੱਸ ਦਈਏ ਕਿ ਅਦਾਲਤ ਨੇ ਪੰਜਾਬ ਪੁਲਿਸ ਨੂੰ ਲਾਰੈਂਸ ਬਸਨੋਈ ਦਾ 7 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਅਗਲੀ ਖਬਰ ਹੈ, ਸਤਿੰਦਰ ਜੈਨ ਦਾ ਦਾਅਵਾ, ਕਰੋਨਾ ਕਰਕੇ ਚਲੀ ਗਈ ਯਾਦਦਾਸ਼ਤ, ਈਡੀ ਨੇ ਅਦਾਲਤ ਨੂੰ ਦਿੱਤੀ ਹੈਰਾਨ ਕਰਨ ਵਾਲੀ ਜਾਣਕਾਰੀ। ਤਾਂ ਦੋਸਤੋ, ਮਨੀ ਲੌਂਡਰਿੰਗ ਮਾਮਲੇ ਦੇ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ। ਇਸ ਦੌਰਾਨ ਈਡੀ ਦੀ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਅਜੀਬ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਕਰੋਨਾ ਕਾਰਨ ਉਹਨਾਂ ਦੀ ਯਾਦਦਾਸ਼ਤ ਖਤਮ ਹੋ ਗਈ ਹੈ ਅਤੇ ਉਹਨਾਂ ਨੇ ਇਸ ਬਿਆਨ ਦਾ ਹਰ ਕੋਈ ਹੈਰਾਨ ਕਰ ਦਿੱਤਾ। ਕਰੋਨਾ ਕਾਰਨ ਆਪ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਦੀ ਯਾਦਦਾਸ਼ਤ ਚਲੀ ਗਈ ਹੈ। ਜੈਨ ਨੇ ਖੁਦ ਈਡੀ ਦੇ ਵਿੱਚ ਮਨੀ ਲੌਂਡਰਿੰਗ ਦੇ ਦਸਤਾਵੇਜ਼ ਦਿਖਾ ਕੇ ਪੁੱਛੇ ਗਏ ਸਵਾਲਾਂ 'ਤੇ ਇਹ ਦਾਅਵਾ ਕੀਤਾ। ਈਡੀ ਨੇ ਜੈਨ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਵਿੱਚ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਇੱਕ ਅਦਾਲਤ ਨੇ 14 ਜੂਨ 2022 ਨੂੰ ਮਨੀ ਲੌਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ 18 ਜੂਨ ਨੂੰ ਆਪਣਾ ਫੈਸਲਾ ਦੇ ਸਕਦੀ ਹੈ। ਸਤਿੰਦਰ ਜੈਨ ਫਿਲਹਾਲ ਨਿਆਂਇਕ ਹਿਰਾਸਤ ਦੇ ਵਿੱਚ ਹੈ। ਅਗਲੀ ਖਬਰ ਹੈ, ਰਾਹੁਲ ਗਾਂਧੀ ਤੋਂ ਲਗਾਤਾਰ ਦੂਜੇ ਦਿਨ 11 ਘੰਟੇ ਹੋਈ ਪੁੱਛਗਿੱਛ, ਈਡੀ ਨੇ ਬੁਲਾਇਆ ਦੁਬਾਰਾ। ਤਾਂ ਦੋਸਤੋ, ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੋਂ ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਲਗਾਤਾਰ ਦੂਜੇ ਦਿਨ ਵੀ ਈਡੀ ਨੇ ਪੁੱਛਗਿੱਛ ਕੀਤੀ ਹੈ। ਈਡੀ ਨੇ ਰਾਹੁਲ ਗਾਂਧੀ ਤੋਂ ਕਰੀਬ 11 ਘੰਟੇ ਪੁੱਛਗਿੱਛ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਨੇ ਕਾਂਗਰਸ ਨੇਤਾ ਨੂੰ ਬੁੱਧਵਾਰ ਯਾਨੀ ਕਿ ਅੱਜ ਲਗਾਤਾਰ ਤੀਜੇ ਦਿਨ ਨੈਸ਼ਨਲ ਹੈਰਾਲਡ ਦੀ ਜਾਂਚ ਵਿੱਚ ਮੁੜ ਸ਼ਾਮਲ ਹੋਣ ਦੇ ਲਈ ਕਿਹਾ ਗਾ। ਈਡੀ ਨੇ ਰਾਹੁਲ ਗਾਂਧੀ ਤੋਂ ਸੋਮਵਾਰ ਨੂੰ ਕਰੀਬ 10 ਘੰਟੇ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਵੀ ਈਡੀ ਨੇ 11 ਘੰਟਿਆਂ ਦੇ ਆਸ ਪਾਸ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਅਤੇ ਅੱਜ ਦੁਬਾਰਾ ਬੁੱਧਵਾਰ ਨੂੰ ਈਡੀ ਨੇ ਆਪਣੇ ਦਫ਼ਤਰ ਰਾਹੁਲ ਗਾਂਧੀ ਨੂੰ ਬੁਲਾਇਆ ਗਾ। ਅਗਲੀ ਖਬਰ ਹੈ, ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਦੀ ਵਿਗੜੀ ਤਬੀਅਤ। ਤਾਂ ਦੋਸਤੋ, ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਦੀ ਅਚਾਨਕ ਤਬੀਅਤ ਵਿਗੜ ਗਈ ਹੈ। ਉਸ ਦੇ ਦਿਲ ਦੀ ਧੜਕਣ ਵੱਧ ਗਈ ਸੀ, ਜਿਸ ਤੋਂ ਬਾਅਦ ਉਹ ਹੈਦਰਾਬਾਦ ਦੇ ਕਮੇਨੇਨੀ ਹਸਪਤਾਲ ਦੇ ਵਿੱਚ ਪਹੁੰਚੀ। ਫਿਲਹਾਲ ਨੋਵੈਟਲ ਹੋਟਲ ਦੇ ਵਿੱਚ ਡਾਕਟਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਨੇ। ਅਗਲੀ ਖਬਰ ਹੈ, ਲਾਰੈਂਸ ਬਸਨੋਈ ਅਤੇ ਗੋਲਡੀ ਬਰਾਡ ਗੈਂਗ ਦੇ 2 ਬੰਦੇ ਅਸਲੇ ਸਮੇਤ ਕੀਤੇ ਗ੍ਰਿਫਤਾਰ। ਤਾਂ ਦੋਸਤੋ, ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਲਾਰੈਂਸ ਬਸਨੋਈ ਅਤੇ ਗੋਲਡੀ ਬਰਾਡ ਗੈਂਗ ਦੇ ਨਾਲ ਸੰਬੰਧਿਤ 2 ਐਕਟਿਵ ਮੈਂਬਰਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਮੋਹਾਲੀ ਦੇ SSP ਵਿਵੇਕ ਸੀਲ ਸੋਨੀ ਨੇ ਦਿੱਤੀ ਹੈ। ਅਗਲੀ ਖਬਰ ਹੈ, ਸਰਕਾਰੀ ਵਿਭਾਗ ਹੀ ਦੱਬੀ ਬੈਠਾ 2366 ਕਰੋੜ ਰੁਪਏ ਦੀ ਬਿਜਲੀ ਦੇ ਬਿੱਲ, ਸਰਕਾਰ ਵੱਲ ਸਬਸਿਡੀ ਦੇ 9000 ਕਰੋੜ ਰੁਪਏ ਬਕਾਇਆ। ਤਾਂ ਦੋਸਤੋ, ਪੰਜਾਬ ਦੇ ਸਰਕਾਰੀ ਵਿਭਾਗ ਕਰੋੜਾਂ ਰੁਪਏ ਦੇ ਬਿਜਲੀ ਬਿੱਲ ਦਵਾਈ ਬੈਠੇ ਨੇ। ਇਹਨਾਂ ਵਿਭਾਗਾਂ ਤੋਂ ਬਿੱਲ ਵਸੂਲਣ ਵਿੱਚ ਬਿਜਲੀ ਵਿਭਾਗ ਦੇ ਪਸੀਨੇ ਸੁੱਟ ਗਏ ਨੇ। ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਦੇ ਅਨੁਸਾਰ ਪੰਜਾਬ ਵਿੱਚ ਸਰਕਾਰੀ ਵਿਭਾਗ ਬਿਜਲੀ ਦੇ ਬਿੱਲਾਂ ਦੇ ਵੱਡੇ ਡਿਫਾਲਟਰ ਨੇ। ਇਹਨਾਂ ਸਰਕਾਰੀ ਵਿਭਾਗਾਂ 'ਤੇ ਅਪ੍ਰੈਲ 2022 ਤੋਂ 2366 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਬਕਾਇਆ ਪਏ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮਾੜੀ ਵਿੱਤੀ ਹਾਲਤ 'ਤੇ ਚਿੰਤਾ ਜ਼ਾਹਰ ਕਰਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮੇ ਨੂੰ ਦਿੱਤੀ ਗਈ ਹੈ। ਤੁਹਾਨੂੰ ਦੱਸੀਏ ਕਿ ਐਸੋਸੀਏਸ਼ਨ ਦੀ ਵਿੱਤ ਮੰਤਰੀ ਹਰਪਾਲ ਚੀਮੇ ਨਾਲ ਮੀਟਿੰਗ ਵੀ ਹੋਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ 9000 ਕਰੋੜ ਰੁਪਏ ਦੀ ਸਬਸਿਡੀ ਦੇ ਬਿੱਲ ਵੀ ਬਕਾਇਆ ਪਏ ਨੇ। ਐਸੋਸੀਏਸ਼ਨ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵੱਲ 1095 ਕਰੋੜ ਰੁਪਏ ਦਾ ਬਿਜਲੀ ਬਿੱਲ ਬਕਾਇਆ ਪਿਆ ਅਤੇ ਦੂਜੇ ਪਾਸੇ ਸਥਾਨਕ ਸਰਕਾਰਾਂ ਵਿਭਾਗ ਦੇ ਵੱਲ 718 ਕਰੋੜ ਰੁਪਏ ਦਾ ਬਿੱਲ ਪਿਆ। ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵੱਲ 264 ਕਰੋੜ ਰੁਪਏ ਦਾ ਬਿਜਲੀ ਬਿੱਲ ਦਾ ਬਕਾਇਆ ਪਿਆ।
ਤੇ ਦੂਜੇ ਪਾਸੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵੱਲ 100 ਕਰੋੜ ਰੁਪਏ ਦੇ ਬਿੱਲ ਦਾ ਬਕਾਇਆ ਪਿਆ ਹੈ। ਇਸ ਤੋਂ ਇਲਾਵਾ ਸੀਵਰੇਜ ਬੋਰਡ ਦੇ ਵੱਲ 73 ਕਰੋੜ ਰੁਪਏ ਦਾ ਬਕਾਇਆ ਪਿਆ ਹੈ ਤੇ ਸਿੰਚਾਈ ਵਿਭਾਗ ਤੇ 34 ਕਰੋੜ ਰੁਪਏ ਦਾ ਬਕਾਇਆ ਪਿਆ, ਜਦਕਿ ਗ੍ਰਹਿ ਅਤੇ ਜੇਲ੍ਹ ਵਿਭਾਗ ਦੇ ਵੱਲ 19 ਕਰੋੜ ਰੁਪਏ ਦੇ ਬਕਾਏ ਪਿੰਡ ਪਏ ਨੇ। अगली खबर है, गैंगस्टर लॉरेंस बिसनोई के खिलाफ पंजाब चंडीगढ़ के समेत 5 सूबों के 37 मामले। पुछगिछ के खुलणगे सिद्धू मूसेवाला कतलकांड के कई राज। दोस्तों, पंजाब के बदनाम गैंगस्टर लॉरेंस बिसनोई, जिसते दिल्ली की तिहाड़ जेल के बैठे विरोधियों मारन के लिए अपने गैंग के गुंडे मिलने के दोष उत्ते पुछगिछ को मंजूरी मिल गई है। दिल्ली की एक अदालत ने लॉरेंस को पंजाब पुलिस के हवाले कर दिता है, जिस तों बाद पंजाब पुलिस ने लॉरेंस बिसनोई नूं पंजाब लिआंदा है। पुलिस रिकॉर्ड के अनुसार लॉरेंस बिसनोई के खिलाफ पंजाब चंडीगढ़ हरियाणा दिल्ली और राजस्थान के कुल 37 केस दर्ज ने। इन्हां दे विचों सब तों वध 17 केस पंजाब के वख-वख जिलों के पेंडिंग पए ने। अगली खबर है, विशेष अदालत ने मनी लॉन्डरिंग केस के शाहबाज और उन्हां दे पुत्तर के खिलाफ भ्रिष्टाचार के कोई नहीं सबूत। तो दोस्तों, पाकिस्तान के लाहौर की एक विशेष अदालत ने कहा कि प्रधानमंत्री शाहबाज शरीफ और उन्होंने बेटे पंजाब के मुख्यमंत्री हमजा शाहबाज के खिलाफ 16 अरब रुपए के मनी लॉन्डरिंग केस के हुण तक रिकॉर्ड के मुताबिक अथॉरिटी की किसी तरह की दुरवरतों का सबूत नहीं मिलिया। अगली खबर है, कनेडा 20 जून तो वैक्सीन जरूरतों को करेगा मुअत्तल। तो दोस्तों, बिना टीकाकरण वाले कनेडियन लोगों को जल्द ही कनेडा दे विच यात्रा करने की इजाजत दी जाएगी। फैडरल सरकार ने अपने कोरोना वैक्सीन आदेश को यह मुअत्तल कर देगी। तुहानू दसीए कि बिना टीकाकरण वाले कनेडियन लोगों को 20 जून तक हवाई और ट्रेनों तो अंतरराष्ट्रीय पद्धर से हवाई यात्रा करने की इजाजत दी जाएगी। अगली खबर है, तीनों सेनावां दे विच 4 सालों लई होगी ठेके के आधार पर भर्ती। तो दोस्तों, सुरक्षा बारे प्रधानमंत्री नरेंद्र मोदी की अगवाई वाली केंद्रीय कैबिनेट ने देश दीयां हथियारबंद फौजां विच नौजवानों की भर्ती लई अग्निपथ नां दी भर्ती योजना नूं हरी झंडी दे दित्ती है। स्कीम के तहत थल जल ते हवाई सेना विच 4 साल के लिए ठेके के आधार पर नौजवान भर्ती किए जाएंगे। तुहानू दसीए कि इस नवी स्कीम के महिलावां नूं भी शामिल किया जाएगा, पर भर्ती संबंधित सेवावां की लोड़ ते निर्भर करेगी। ते मंत्री राजनाथ सिंह ने दसिया कि सरकार की इस नवी पेशकदमी बारे तफसील दिंदिया कहा कि अग्निपथ स्कीम तहत देशभगती का जज्बा रखण वाले अते उत्साही नौजवानों नूं हथियारबंद फौजां विच 4 साल सेवा करन दा मौका मिलेगा। इस दे नाल ही उन्होंने दसिया कि पहले साल इन्हां नूं 30,000 ते चौथे साल मिलेगी 40,000 रुपए तनखा। रुजगार के पहले साल अग्निवीर के मास्क तनखा 30,000 रुपए होगी, हालांकि हाथ में मिलने वाली रकम 21,000 रुपए होगी, क्योंकि 9,000 रुपए उसके कोर में जाएंगे। इस दे नाल ही उन्हां दी दूजे साल बढ़ के तनखा 33,000 हो जाएगी, तीजे साल तनखा 36,000 ते चौथे साल उन्हां दी तनखा 40,000 रुपए कर दिती जाएगी। अगली खबर है, अगले 1.5 साल के 10 लाख नौकरियां देगी केंद्र सरकार। तो दोस्तों, प्रधानमंत्री नरेंद्र मोदी ने वख-वख सरकारी विभागों के मंत्रालयों को कहा कि वह मिशन मोड उत्ते काम करदे अगले 1.5 साल दौरान 10 लाख लोगों को भर्ती करनगे। अगली खबर है, सिद्धू मूसेवाला कतलकांड के हरियाणा पुलिस ने बिक्रम बराड़ बारे जादव ते महाकाल तो पुछगिछ पड़ताल की। तो दोस्तों, हरियाणा पुलिस की टीम ने महाराष्ट्र के पुणे में पंजाबी गायक सिद्धू मूसेवाले की हत्या मामले में शूटर संतोष यादव और संदेश कावले उर्फ महाकाल तो हरियाणा में कई मामलों में लोड़ींदे बदनाम गैंगस्टर बिक्रम बराड़ बारे पुछ पड़ताल की है। मन्या जा रहा है कि बिक्रम बराड़ इस समय विदेश के रह रहा है। बराड़, महाकाल और यादव तीनों लॉरेंस बिसनोई गैंग के मैंबर ने। अगली खबर है, झोने की लवाई शुरू होने के नाल बिजली की मंग 12,000 मेगावाट तो टप्पी। तो दोस्तों, पंजाब दे विच ऐतकी ज़्यादा गर्मी पैण के कारण बिजली की मंग पिछले साल नालों 40% वधी है। इस बार ओपन एक्सचेंज के बिजली खरीदनी भी पै रही है, जिस करके आप सरकार लई झोने का यह पलेठा सीजन चुनौतियां भरिया रहेगा। तुहानू दसीए कि झोने की लवाई 10 जून तो शुरू हो गई है, पर 14 जून तो 10 जिलों में भी लवाई शुरू होने 8 घंटे बिजली देनी पै गई है, जिस कारण बिजली की मंग 12,000 मेगावाट तो टप गई है। इस सीजन का सब तो बड़ा अंकड़ा है। सूबे के बंद पे तरमलों के कुछ यूनिट अज चल पे ने, जिस कारण पावरकॉम को अज 12,000 के मुकाबले 11,500 मेगावाट बिजली की सप्लाई है। मंग ते सप्लाई के दरमियान 500 मेगावाट का यह खप्पा रहा, जिस कारण कई थावां ते 2 तो 4 घंटिया के तक दे कट भी लगाने पैणगे। अगली खबर है, आढ़तियों मूंगी की फसल खरीदने की दित्ती प्रवानगी।
ਤਾਂ ਦੋਸਤੋ ਪੰਜਾਬ ਸਰਕਾਰ ਨੇ ਅੱਜ ਆੜ੍ਹਤੀਆਂ ਨੂੰ ਮੂੰਗੀ ਦੀ ਫਸਲ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੁਝ ਦਿਨਾਂ ਤੋਂ ਆੜ੍ਹਤੀਏ ਨਾਰਾਜ਼ ਸਨ, ਉਹਨਾਂ ਨੂੰ ਮੂੰਗੀ ਦੀ ਖਰੀਦ ਪ੍ਰਕਿਰਿਆ ਵਿੱਚੋਂ ਬਾਹਰ ਰੱਖਿਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਪ੍ਰਾਈਵੇਟ ਵਪਾਰੀਆਂ ਵੱਲੋਂ ਫਸਲਾਂ ਦੀ ਖਰੀਦ ਕੀਤੀ ਜਾਵੇਗੀ ਉਸ ਦਾ 2.5% ਕਮਿਸ਼ਨ ਆੜ੍ਹਤੀਆਂ ਨੂੰ ਦਿੱਤਾ ਜਾਵੇਗਾ। ਅਗਲੀ ਖਬਰ ਹੈ ਯੂਕਰੇਨ ਨੂੰ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਲੋੜ, ਜੈਲੈਂਸਕੀ। ਤਾਂ ਦੋਸਤੋ ਯੂਕਰੇਨ ਦੇ ਰਾਸ਼ਟਰਪਤੀ ਜੈਲੈਂਸਕੀ ਨੇ ਕਿਹਾ ਕਿ ਉਹਨਾਂ ਕੋਲ ਕਾਫੀ ਅਸਲਾ ਅਤੇ ਹਥਿਆਰ ਹਨ, ਪਰ ਉਹਨਾਂ ਦੇ ਦੇਸ਼ ਨੂੰ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਵਧੇਰੇ ਲੋੜ ਹੈ। ਅਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਅਤੇ ਮੁੱਖ ਵੱਡੀਆਂ ਖਬਰਾਂ। ਜੇ ਤੁਹਾਨੂੰ ਸਾਡਾ ਇਹ ਵੀਡੀਓ ਅਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ। ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ, ਧੰਨਵਾਦ।